ਨੁਕਸਾਨ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਗਰੀਬ ਦਾ ਰੁਜ਼ਗਾਰ ਖੁਸਕਿਆ ਹੈ। ਸਦੀਆਂ ਪੁਰਾਣਾ ਦਰਖਤ ਜੋ ਇਸ ਸ਼ਖਸ ਦੇ ਰੁਜ਼ਗਾਰ ਤੇ ਆ ਟਿਕਿਆ, ਯਾਨੀ ਇਹ ਸ਼ਖਸ ਇੱਥੇ ਰੇੜੀ ਲਗਾਉਂਦਾ ਸੀ ਮਟਕਾ ਕੁਲਫੀ ਦੀ। ਤਾਂ ਸਦੀਆਂ ਪੁਰਾਣਾ ਇਹ ਦਰਖਤ ਦੱਸਿਆ ਜਾ ਰਿਹਾ ਕਿ ਅਚਾਨਕ ਟੁੱਟ ਕੇ ਇਸਦੀ ਰੇੜੀ ਤੇ ਡਿੱਗ ਗਿਆ। ਹਾਲਾਂਕਿ ਗਨੀਮਤ ਇਹ ਰਹੀ ਹੈ ਕਿ ਉਸ ਦੌਰਾਨ ਇਹ ਸ਼ਖਸ ਉੱਥੇ ਮੌਜੂਦ ਨਹੀਂ ਸੀ, ਇਹ ਕਿਤੇ ਗਿਆ ਹੋਇਆ ਸੀ। ਤੇ ਰੇੜੀ ਦੇ ਉੱਤੇ ਜਦੋਂ ਦਰਖਤ ਡਿੱਗਾ ਤਾਂ ਤੁਸੀਂ ਤਸਵੀਰਾਂ 'ਚ ਦੇਖੋ ਕਿ ਕਿੰਨਾ ਭਾਰਾ ਇਹ ਦਰਖਤ ਹੈ, ਵੱਡਾ ਦਰਖਤ ਹੈ ਜਿਸਨੇ ਰੇੜੀ ਚੱਕਣਾ ਚੂਰ ਕਰ ਦਿੱਤੀ ਹੈ। ਇਸ ਸ਼ਖਸ ਦਾ ਇੱਕੋ ਇੱਕ ਕਮਾਈ ਦਾ ਸਾਧਨ ਸੀ ਜੋ ਹੁਣ ਤਬਾਹ ਹੋ ਗਿਆ ਤੇ ਹੁਣ ਇਹ ਰੋਂਦਾ ਹੋਇਆ ਪ੍ਰਸ਼ਾਸਨ ਨੂੰ ਤੇ ਸਰਕਾਰਾਂ ਨੂੰ ਗੁਹਾਰ ਲਗਾ ਰਿਹਾ। ਇਸ ਰੇੜੀ ਦੇ ਨਾਲ ਹੀ ਇਸ ਗਰੀਬ ਦੇ ਪਰਿਵਾਰ ਦਾ ਖਰਚਾ ਚੱਲਦਾ ਸੀ, ਘਰ ਬਾਰ ਚੱਲਦਾ ਸੀ, ਪਰ ਹੁਣ ਇਹ ਰੇੜੀ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਜਿਸ ਦੀ ਮੁਰੰਮਤ ਵੀ ਨਹੀਂ ਹੋ ਸਕਦੀ। ਤਸਵੀਰਾਂ ਪਠਾਨਕੋਟ ਦੇ ਡਲਹੌਜ਼ੀ ਰੋਡ ਦੀਆਂ ਨੇ, ਜਿੱਥੇ ਇਹ ਰੇੜੀ ਲਗਾਉਂਦਾ ਸੀ ਸ਼ਖਸ, ਤਾਂ ਉੱਥੇ ਨਜ਼ਦੀਕ ਹੀ ਇੱਕ ਸਦੀਆਂ ਪੁਰਾਣਾ ਦਰਖਤ ਵੀ ਸੀ। ਹਾਲਾਂਕਿ ਇੱਥੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਵੀ ਸਦੀਆਂ ਪੁਰਾਣੇ ਦਰਖਤ ਹੈ ਜਿਨ੍ਹਾਂ ਦੀ ਉਮਰ ਪੂਰੀ ਹੋ ਚੁੱਕੀ ਹੈ, ਉਹ ਆਪਣੇ ਆਪ ਡਿੱਗ ਰਹੇ ਨੇ, ਹਨੇਰੀ ਦੀ ਮਾਰ ਵੀ ਨਹੀਂ ਝੱਲ ਪਾ ਰਹੇ ਨੇ, ਜਿਸ ਕਰਕੇ ਲੋਕਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਇਸ ਲਈ ਪ੍ਰਸ਼ਾਸਨ ਨੂੰ ਕੁਝ ਸੋਚਣਾ ਚਾਹੀਦਾ ਹੈ। ਹੁਣ ਇਸੇ ਸਦੀਆਂ ਪੁਰਾਣੇ ਦਰਖਤ ਦੇ ਕਾਰਨ ਇਸ ਗਰੀਬ ਦਾ ਰੁਜ਼ਗਾਰ ਚਲਾ ਗਿਆ ਹੈ, ਜਿਸ ਨਾਲ ਉਹ ਆਪਣਾ ਘਰ ਚਲਾਉਂਦਾ ਸੀ, ਤਾਂ ਹੁਣ ਇਹ ਮਦਦ ਦੀ ਗੁਹਾਰ ਲਗਾ ਰਿਹਾ ਹੈ। ਉਸਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਨਹੀਂ ਕਰ ਪਾਏਗਾ ਜੇਕਰ ਉਸਨੂੰ ਰੁਜ਼ਗਾਰ ਦਾ ਕੋਈ ਹੋਰ ਸਾਧਨ ਨਾ ਮਿਲਿਆ, ਜਿਸ ਲਈ ਹੁਣ ਉਸਨੇ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਈ ਹੈ ਕਿ ਉਸਦੀ ਮਦਦ ਕੀਤੀ ਜਾਏ। ਭਾਈ, ਮੇਰਾ ਨਾਮ ਰਵੀ ਕੁਮਾਰ ਹੈ, ਮੈਂ ਮਟਕਾ ਗੁਲਫੀ ਲਾਣਾ ਰੋਜੀ ਰੋਡ ਤੇ। ਕੱਲ ਮੈਂ ਰੇੜੀ ਲਗਾਈ ਸੀ, ਯਕਦਮ ਉਪਰੋਂ ਬੂਟਾ ਆਪਣੇ ਆਪ ਹੀ ਡਿੱਗ ਗਿਆ, ਪਰ ਮੇਰਾ ਸਾਰਾ ਰੇੜੀ ਸਮਾਨ ਸਾਰਾ ਟੁੱਟ ਗਿਆ, ਬਿਲਕੁਲ ਕੱਖ ਨਹੀਂ ਵਜਾ, ਬਿਲਕੁਲ ਸਮਾਨ ਸਾਰਾ ਟੁੱਟ ਗਿਆ। ਤੇ ਮੈਂ ਕਹਿੰਦਾ ਕੋਈ ਨਾ ਕੋਈ ਹੱਲ ਹੋਵੇ ਕੋਈ ਉਹਦਾ, ਤੇ ਮੈਂ ਕੰਮ ਕਰਨ ਵਾਲਾ ਬਣਾ, ਕੋਈ ਸੱਟ ਪੇਟ ਕੋਈ ਨਹੀਂ ਹੋਇਆ, ਨੁਕਸਾਨ ਕੋਈ ਨਹੀਂ ਹੋਇਆ, ਪਰ ਰੇੜੀ ਦਾ ਸਾਰਾ ਨੁਕਸਾਨ ਸਾਰਾ ਟੁੱਟ ਗਿਆ, ਰੇੜੀ ਬਿਲਕੁਲ ਸਾਰਾ ਸਮਾਨ ਟੋਟਲ ਲੈਸ ਹੋ ਗਿਆ, ਸਮਾਨ ਰੇੜੀ ਸਾਰਾ ਕੁਝ ਟੁੱਟ ਗਿਆ। ਸ਼ਾਮ ਨੂੰ ਮੈਂ ਉੱਥੋਂ ਗੁਜ਼ਰਿਆ ਸੀਗਾ ਜਿੱਥੇ ਪੇੜ ਗਿਰਿਆ, ਮੇਰੇ ਸਾਹਮਣੇ ਗਿਰਿਆ ਪੇੜ, ਉੱਥੇ ਇੱਕ ਰੇੜੀ ਵਾਲਾ ਥੱਲੇ ਆਪਣੀ ਰੇੜੀ ਲਗਾ ਕੇ ਖੜਾ ਸੀਗਾ, ਉਹਦੀ ਰੇੜੀ ਟੋਟਲ ਲਾਸ ਹੋ ਗਈ ਹੈ ਤੇ ਬਚਾਵ ਬੰਦਿਆਂ ਦਾ। ਹਾਂਜੀ, ਬੜਾ ਵੱਡਾ ਪੇੜ ਜਿਹੜਾ ਗਿਰਿਆ ਹੋਇਆ, ਰੇੜੀ ਵਾਲਾ ਵੀ ਬਚ ਗਿਆ, ਉਹਦੇ ਆਸ ਪਾਸ ਜਿਹੜੀ ਪਬਲਿਕ ਆ ਰਹੀ ਸੀਗੀ ਉਹ ਵੀ ਬਚ ਗਈ ਹੈ, ਲੇਕਿਨ ਪੇੜ ਬੜਾ ਵੱਡਾ ਸੀਗਾ, ਕੋਈ ਹਾਦਸਾ ਅਗਰ ਵੱਡਾ ਹੋ ਜਾਂਦਾ ਤੇ ਬੜੀ ਮੁਸ਼ਕਿਲ ਹੋ ਜਾਣੀ ਸੀਗੀ। ਪ੍ਰਸ਼ਾਸਨ ਨੂੰ ਇਹੋ ਜਿਹੇ ਵਿਰਕਸ਼ਾਂ ਤੇ ਜਿਹੜੇ ਪੁਰਾਣੇ ਹੋ ਚੁੱਕੇ ਆ ਉਹਨਾਂ ਨੂੰ ਨਾਲ ਨਾਲ ਠੀਕ ਕਰਵਾਉਣਾ ਚਾਹੀਦਾ, ਘਟਾਉਣਾ ਚਾਹੀਦਾ ਤਾਂ ਕਿ ਇਹੋ ਜਿਹੇ ਹਾਦਸੇ ਹੋਣ ਤੋਂ ਬਚਣ। ਇਸ ਕਰਕੇ ਮੈਂ ਬੇਨਤੀ ਕਰਾਂਗਾ ਰੇੜੀ ਵਾਲੇ ਨੂੰ ਵੱਧ ਤੋਂ ਵੱਧ ਮੁਆਵਜ਼ਾ ਦੇ ਕੇ ਉਹਦੀ ਹੈਲਪ ਕੀਤੀ ਜਾਵੇ।